ਤਾਂਡ ਨੋਵਾ ਕੁਝ ਦਿਨ ਮਗਰੋਂ ਇੱਕ ਦਿਨ ਸੁੰਦਰੀ ਲੋਡੇ ਕੁਪਹਿਰ ਉਸੇ ਪਿੰਡੋਂ ਬਨ ਨੂੰ ਮੁੜੀ ਆਉਂਦੀ ਸੀ ਜਦ ਪਹਾੜੀ ਚੜ ਕੇ ਪਗਨੰਡੀ ਦਾ ਰਸਤਾ ਛੱਡ ਕੇ ਆਪਣੇ ਨਿਸ਼ਾਨੇ ਵਾਲੇ ਰਾਹ ਪੈਣ ਲੱਗੀ ਤਾਂ ਇੱਕ ਆਵਾਜ਼ ਆਈ ਬਸ ਖੜੀ ਰਹੁ ਇਹ ਸੁਣ ਕੇ ਸੁੰਦਰੀ ਨੇ ਪਿੱਛੇ ਮੁੜ ਕੇ ਡਿੱਠਾ ਤਾਂ ਚਾਰ ਹਥਿਆਰਬੰਦ ਤੁਰਕ ਸਿਪਾਹੀ ਦਿਸੇ ਜੋ ਬਿਰਛ ਦੀ ਆੜ ਵਿੱਚੋਂ ਨਿਕਲ ਰਹੇ ਸਨ ਅਚਰਜ ਹੋ ਕੇ ਪਰੰਤੂ ਬਿਨਾਂ ਪੈ ਦੇ ਵੇਖਣ ਲੱਗ ਪਈ ਕਿ ਇਹ ਕੌਣ ਹਨ ਅੱਖ ਦੇ ਫੋਰ ਵਿੱਚ ਚਾਰੇ ਜਣੇ ਆ ਕੇ ਘੇਰਾ ਪਾ ਕੇ ਖੜੇ ਹੋ ਗਏ। ਸੁੰਦਰੀ ਦਾ ਸੱਜਾ ਹੱਥ ਵੀ ਇਸ ਵੇਲੇ ਝੋਛਣ ਦੇ ਅੰਦਰ ਲੁਕਵੀ ਪਹਿਨੀ ਹੋਈ ਕਟਾਰ ਦੇ ਕਬਜੇ 'ਤੇ ਪਹੁੰਚ ਚੁੱਕਿਆ ਸੀ। ਪਰ ਉੰਜ ਹੌਸਲੇ ਨਾਲ ਪੁੱਛਣ ਲੱਗੀ, "ਤੁਸੀਂ ਕੌਣ ਹੋ? ਅਰ ਕੀ ਮੰਗਦੇ ਹੋ?" ਸਿਪਾਹੀ, "ਸਿੱਖਾਂ ਦਾ ਪਤਾ ਦੱਸ ਕਿੱਥੇ ਹਨ?" ਸੁੰਦਰੀ, "ਇਹ ਗੱਲ ਅਨਹੋਣੀ ਹੈ।" ਸਿਪਾਹੀ, "ਨਹੀਂ ਤਾਂ ਤੈਨੂੰ ਬੇਪੱਤ ਕਰਾਂਗੇ।" ਸੁੰਦਰੀ, "ਕਿਸੇ ਮੁਰਦੇ ਦੀ ਤਾਕਤ ਹੈ ਕਿ ਹੱਥ ਲਾ ਜਾਏ?" ਸਿਪਾਹੀ ਜਾਨੋ ਮਾਰ ਦੇਾਂਗੇ ਸੁੰਦਰੀ ਕੀ ਪਰਵਾਹ ਹੈ ਸੁੰਦਰੀ ਨੇ ਜ਼ਰਾ ਉੱਚੀ ਨਜ਼ਰ ਕੀਤੀ ਤਾਂ ਇੱਕ ਹੋਰ ਸਿਪਾਹੀ ਨੂੰ ਆਪਣੇ ਵੱਲ ਆਉਂਦਾ ਡੇਠਾ ਜਾਂ ਨੇੜੇ ਪਹੁੰਚਾ ਤਾਂ ਸੁੰਦਰੀ ਨੇ ਤੁਰਤ ਪਛਾਣ ਲਿੱਤਾ ਕਿ ਇਹ ਉਹੀ ਤੁਰਕ ਹੈ ਜਿਸ ਨੂੰ ਮੈਂ ਕਾਇਲ ਪਏ ਨੂੰ ਇਸੇ ਥਾਂ ਤੋਂ ਚੁੱਕ ਕੇ ਲੈ ਗਈ ਸੀ ਔਰ ਮਹੀਨਾ ਦਿਨ ਸੇਵਾ ਕਰਕੇ ਰਾਜ਼ੀ ਕੀਤਾ ਸੀ ਮਨ ਵਿੱਚ પ્રસન્ન ਹੋਈ ਕਿ ਇਹ ਮੈਨੂੰ ਇਹਨਾਂ ਤੋਂ ਬਚਾ ਲਵੇਗਾ ਔਰ ਐਸ ਵੇਲੇ ਜ਼ਰੂਰ ਸਹਾਇਤਾ ਕਰੇਗਾ ਉਸਨੇ ਨੇੜੇ ਪੁੱਜ ਕੇ ਸਲਾਮ ਕੀਤਾ ਸਿਪਾਹੀ ਸਾਰੇ ਪਰੇ हट ਗਏ ਵੱਡੇ ਆਦਰ ਨਾਲ ਸੁਖਸਾਂਤ ਪੁੱਛੀ ਸੁੰਦਰੀ ਨੇ ਵੀ ਸਤਕਾਰ ਨਾਲ ਉੱਤਰ ਦਿੱਤਾ ਔਰ ਕਿਹਾ ਇਹ ਲੋਕ ਕੌਣ ਹਨ ਔਰ ਮੇਰੇ ਦੁਆਲੇ ਕਿਉਂ ਹੋ ਗਏ ਹਨ ਔਰ ਵੱਡੀ ਬੇਸਤਕਾਰੀ ਨਾਲ ਗੱਲਾਂ ਕਿਉਂ ਕਰਦੇ ਹਨ ਤੁਰਕ ਬੋਲਿਆ ਬੀਬੀ ਤੂੰ ਨਹੀਂ ਜਾਣਦੀ ਕਿ ਮੈਂ ਕੌਣ ਸਾਂ ਤੇ ਕੌਣ ਨਹੀਂ ਪਹਿਲੇ ਮੈਂ ਆਪਣਾ ਪਤਾ ਦੱਸਾਂ ਤਾਂ ਤੁਹਾਡੀ ਸਮਝ ਵਿੱਚ ਕੁਝ ਸੌਖਾ ਆ ਜਾਵੇਗਾ ਮੈਂ ਉਸ ਨਵਾਬ ਦਾ ਨੌਕਰ ਹਾਂ ਜੋ ਤੁਹਾਨੂੰ ਆਪਣੇ ਪਿੰਡੋਂ ਪਕੜ ਲਿਆ ਹੈ ਸਾਂ ਮੈਂ ਤੇ ਉਸ ਦਿਨ ਇੱਕ ਸਿੱਖ ਨਾਲ ਲੜਨ ਤੋਂ ਜ਼ਖਮੀ ਹੋ ਕੇ ਮਰਨ ਵਰਾਂਦ ਪਿਆ ਸੀ ਜਿਸ ਦਿਨ ਤੁਸੀਂ ਮੈਨੂੰ ਚੁੱਕ ਲਗਾਇਆ ਸੀ ਪਹਿਲਾਂ ਤਾਂ ਮੈਂ ਕੁਛ ਦਾ ਪਛਾਤਾ ਪਰ ਪੰਜਾ ਸੱਤਾ ਦਿਨਾਂ ਪਿੱਛੋਂ ਮੈਂ ਤੁਹਾਨੂੰ ਪਛਾਣ ਲਿੱਤਾ ਸੀ ਕਿ ਤੁਸੀਂ ਉਹ ਹੋ ਜਿਸ ਨੂੰ ਸਾਡਾ ਨਵਾਬ ਪਿੰਡੋਂ ਚੱਕ ਲਿਆਇਆ ਸੀ ਔਰ ਫਿਰ ਸਿੱਖ ਮਸਜਿਦ ਵਿੱਚੋਂ ਖੋ ਕੇ ਲੈ ਗਏ ਸਨ ਜਾਂ ਮੈਂ ਆਪ ਦੀ ਕਿਰਪਾ ਨਾਲ ਰਾਜ਼ੀ ਹੋ ਕੇ ਆਪਣੇ ਘਰ ਪਹੁੰਚਾ ਤਾਂ ਨਵਾਬ ਨਾਲ ਗੱਲ ਕੀਤੀ ਤਦ ਉਹ ਮੇਰੇ ਗੱਲ ਪੈ ਗਿਆ ਕਿ ਉਹ ਥਾਂ ਦਾ ਪਤਾ ਦੱਸ ਔਰ ਉਸ ਨੂੰ ਇੱਥੇ ਲਿਆ ਦੇ। ਤਦ ਤਾਂ 5000 ਇਨਾਮ ਦੇਾਂਗੇ ਨਹੀਂ ਤਾਂ ਮੈਂ ਤੈਨੂੰ ਵੀ ਮਾਰ ਦੇਾਂਗਾ। ਸੋ ਮੈਂ ਕਈ ਦਿਨ ਜੰਗਲਾ ਬਣਾ ਵਿੱਚ ਟੱਕਰਾਂ ਮਾਰਦਾ ਰਿਹਾ ਹਾਂ। ਮੈਨੂੰ ਤੁਹਾਡੀ ਥਾਂ ਦਾ ਥੋੜ੍ਹ ਨਹੀਂ ਲੱਗਿਆ। ਛੇਕੜ ਮੈਨੂੰ ਚੇਤਾ ਆਇਆ ਕਿ ਇਸ ਥਾਂ ਤੋਂ ਲੰਘਦੇ ਹੋਏ ਤੁਸੀਂ ਮੈਨੂੰ ਲੈ ਗਏ ਸੀ। ਮੈਂ ਸੋਚਿਆ ਕਿ ਕਦੀ ਨਾ ਕਦੀ ਇੱਥੋਂ ਲੰਘੋਗੇ ਹੀ। ਸੋ ਇਹ ਥਾਂ ਆ ਮੱਲੀ ਅਰ ਕਈ ਦਿਨ ਤੋਂ ਪੰਜ ਸਿਪਾਹੀਆਂ ਸਣੇ ਮੈਂ ਇੱਥੇ ਛੇ ਬੈਠਾ ਸੀ ਸ਼ੁਕਰ ਹੈ ਖੁਦਾਵੰਦ کریم ਦਾ ਜਿਸ ਨੇ ਮੇਰੀ ਮੁਰਾਦ ਪੂਰੀ ਕੀਤੀ ਹੁਣ ਮੇਰੀ ਅਰਜ਼ ਇਹ ਹੈ ਕਿ ਤੁਸੀਂ ਇਸ ਜਵਾਨੀ ਤੇ ਸੁੰਦਰਤਾ ਪਰ ਕੁਝ ਤਰਸ ਕਰੋ ਕਿਥੇ ਜੰਗਲ ਵਿੱਚ ਨਿਗਰੇ ਸਿੱਖਾਂ ਨਾਲ ਉਮਰ ਬਿਤਾ ਰਹੇ ਹੋ ਸਵੇਰੇ ਤੋਂ ਸੰਜ ਤੱਕ ਨੌਕਰਾਂ ਵਾਂਗ ਸੇਵਾ ਕਰਦੇ ਹੋ ਫਿਰ ਨਫਾ ਕੁਝ ਨਹੀਂ ਤੇ ਦੁਨੀਆ ਦੇ ਸੁੱਖ ਲੈਣ ਦੀ ਇਹ ਉਮਰ ਹੈ ਫਿਰ ਕਿਸ ਵੇਲੇ ਆਨੰਦ ਭੋਗੋਗੇ ਹੋਂ ਤਾਂ ਐਡਾ ਵੱਡਾ ਨਵਾਬ ਤੁਹਾਡਾ ਹੱਥ ਬੱਤੀ ਗੁਲਾਮ ਬਣਦਾ ਹੈ ਮਹਿਲਾ ਵਿੱਚ ਰਹੋ ਹੁਕਮ ਕਰੋ ਆਨੰਦ ਭੋਗੋ ਚਲੋ ਸਵਾਰੀ ਤਿਆਰ ਹੈ ਸੁੰਦਰੀ ਕੁਛ ਘਾਬਰੀ ਹਿਰਦਾ ਵੀ ਸੁਗੜਿਆ ਭਰਤੀ ਰਜ ਨਾਲ ਬੋਲੀ ਕਿ ਮੇਰੀ ਸੇਵਾ ਦਾ ਇਹੋ ਫਲ ਸੀ ਕਿ ਨੇਕੀ ਦਾ ਬਦਲਾ ਇਹੋ ਹੁੰਦਾ ਹੈ ਤੁਰਕ ਨੇਕੀ ਤੁਹਾਡੀ ਮੇਰੇ ਸਿਰ ਮੱਥੇ ਉੱਤੇ ਔਰ ਮੈਂ ਤੁਹਾਡੇ ਨਾਲ ਬਦੀ ਨਹੀਂ ਕਰਦਾ ਫਕੀਰ ਨਹੀਂ ਤੋ ਰਾਣੀ ਬਣਾਉਂਦਾ ਹਾਂ ਕਾਫਰ ਤੋਂ ਮੂਮਨ ਬਣਾਉਂਦਾ ਹਾਂ ਕਾਫਰਾਂ ਨਾਲ ਵੱਲਛਲ ਕਰਨਾ ਵੀ ਰਵਾ ਹੈ। ਲਓ ਹੁਣ ਛੇਤੀ ਕਰੋ ਚਰ ਹੁੰਦਾ ਹੈ। ਸੁੰਦਰੀ ਨਮਾਜ਼ ਕਦੀ ਭਾਵੇਂ ਭੁੱਲ ਕੇ ਵੀ ਨਾ ਪੜੋ ਪਰ ਜ਼ੁਲਮ ਕਰਨ ਲਈ ਦੀਨ ਦੇ ਮੱਥੇ ਹੈ ਕਿਰਤ ਕਰਨ ਪੁਰਖ ਇਹ ਲੱਛਣ ਵੱਡੇ ਖੋਟੇ ਹਨ। ਯਾਦ ਰੱਖ ਤੂੰ ਜਾਂ ਤੇਰਾ ਮਾਲਕ ਆਪਣੀ ਮੁਰਾਦ ਨੂੰ ਕਦੇ ਨਾ ਪਹੁੰਚੇਗਾ ਕਿਉਂਕਿ ਮੈਂ ਸ਼ੇਰਨੀ ਹਾਂ ਕੋਈ ਕਮੀਨ ਇਸਤਰੀ ਨਹੀਂ ਕਿ ਕਿਸੇ ਲਾਲਚ ਵਿੱਚ ਫਸਾਂ ਜਾਨ ਦੇਾਂਗੀ ਪਰ ਧਰਮ ਨਹੀਂ। ਦੁਰਕ ਤੇਰੀ ਇਸ ਜ਼ਿੱਦ ਤੇ ਹੱਥ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਹੁਣ ਤੂੰ ਪੱਕਾ ਧਿਆਨ ਰੱਖੀ ਕਿ ਅੱਗੇ ਵਾਂਗੂ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ ਆਇਦਰੋਂ ਸ਼ਹਿਰ ਪਹੁੰਚੀ ਤੇ ਉਧਰੋਂ ਮਹਿਲੀ ਦਾਖਲ ਹੋ ਗਈ ਸੁੰਦਰੀ ਬਹੁਤ ਚੰਗਾ ਪਰ ਇੱਥੋਂ ਮੈਨੂੰ ਲਿਜਾਣ ਦੀ ਤਾਕਤ ਕਿਤੇ ਵਿੱਚ ਹੈ ਜ਼ਰਾ ਸੋਚ ਕੇ ਤਾਂ ਗੱਲ ਕਰੋ ਮੈਨੂੰ ਰਹਿ ਰਹਿ ਕੇ ਸ਼ੋਕ ਇਸ ਗੱਲ ਪਰ ਆਉਂਦਾ ਹੈ ਕਿ ਤੇਰਾ ਮਨ ਵੱਡਾ ਹੀ ਪੱਥਰ ਹੈ ਜਿਸ ਵਿੱਚ ਦਇਆ ਧਰਮ ਦੀ ਮੁਸ਼ਕ ਮਾਤਰ ਵੀ ਨਹੀਂ ਕਿ ਤੈਨੂੰ ਮਰਦ ਹੋ ਕੇ ਇਹ ਜ਼ੁਲਮ ਕਰਦਿਆਂ ਸੋਚ ਨਹੀਂ ਫੁਰਦੀ ਕਿ ਮੈਂ ਕਿਸ ਨਾਲ ਜ਼ੁਲਮ ਘਮਾਉਣ ਲੱਗਾ ਹਾਂ ਲੈ ਹੁਣ ਕੰਨ ਖੋਲ ਕੇ ਸੁਣ ਲੈ ਜੇ ਤਾ ਮੈਨੂੰ ਛੱਡ ਦੇਵੇਂ ਤਾਂ ਅੱਲਾ ਤੇਰਾ ਭਲਾ ਕਰੇਗਾ ਤੇ ਜੇ ਨਾ ਛੱਡੇ ਤਾਂ ਮੈਂ ਆਪਣੀ ਜਾਨ ਪਰ ਖੇਡ ਜਾਵਾਂਗੀ ਜਿਹੜੀ ਗੱਲ ਪਸੰਦ ਹੈ ਕਰ ਲੈ ਤੁਰਕ ਦੋਵੇਂ ਪਸੰਦ ਨਹੀਂ ਆਪਣੇ ਮਾਲਕ ਦੀ ਬੇਗਮ ਬਣਾਵਾਂਗਾ ਬਸ ਇਹੋ ਗੱਲ ਪਸੰਦ ਹੈ ਇਹ ਗੱਲ ਮੂੰਹ ਵਿੱਚ ਹੀ ਸੀ ਕਿ ਇੱਕ ਸਿਪਾਹੀ ਨੇ ਸੁੰਦਰੀ ਦੀ ਖੱਬੀ ਬਾਨੂ ਹੱਥ ਪਾਇਆ ਪਰ ਆਹਾ ਕਿਸ ਫੁਰਤੀ ਨਾਲ ਉਸ ਸ਼ੇਰ ਕੰਨਿਆ ਨੇ ਸੱਜੇ ਹੱਥ ਨਾਲ ਕਟਾਰ ਕੱਢ ਕੇ ਹੱਥ ਫੜਨ ਵਾਲੇ ਦੇ ਸੀਨੇ ਵਿੱਚ ਖੋਬੀ ਹੈ ਜਾਦੂ ਕਰ ਦਿੱਤਾ ਹੈ ਬਿਜਲੀ ਨੇ ਕੀ ਛੇਤੀ ਕਰਨੀ ਹੈ ਡੱਟਾ ਸਿਪਾਹੀ ਲਹੂ ਲਹਾਨ ਟੈ ਪਿਆ ਅਰ ਫੜਕ ਫੜਕ ਕੇ ਜਾਨ ਤੋੜਨ ਲੱਗਾ ਇਹ ਸਮਾਚਾਰ ਵੇਖ ਕੇ ਇੱਕ ਸਿਪਾਹੀ ਨੇ ਪਿੱਛੋਂ ਦੀ ਹੋ ਕੇ ਸੁੰਦਰੀ ਦਾ ਕਟਾਰ ਵਾਲਾ ਹੱਥ ਫੜ ਲਿਆ ਦੂਜੇ ਨੇ ਲੱਕੋਂ ਹੱਥ ਪਾ ਕੇ ਚੱਕ ਲਿਆ ਤੀਸਰੇ ਨੇ ਬਾਹ ਨਪ ਲਈ ਰੁੱਖਾਂ ਦੇ ਓਲੇ ਪੀਨਸ ਵਰਗਾ ਡੋਲਾ ਪਿਆ ਸੀ ਤੇ ਕਹਾਰ ਖੜੇ ਸਨ ਛੱਟ ਡੋਲੇ ਵਿੱਚ ਸਿੱਟੀ ਗਈ ਬੂਹੇ ਮਾਰੇ ਗਏ ਅਰ ਵਿਚਾਰੀ ਸੁੰਦਰੀ ਫੇਰ ਤੁਰਕਾਂ ਦੀ ਕੈਦਨ ਹੋ ਗਈ ਪੱਲੋਂ ਪੱਲੀ ਵਿੱਚ ਜਰਵਾਣੇ ਡੋਲੀ ਪਾ ਕੇ ਪੱਤਰਾ ਹੋਏ ਕਾંડ ਦਸਵਾ ਸੁੰਦਰੀ ਜੈਸਵੇਲੇ ਆਪਣੇ ਪਿਆਰੇ ਭਰਾਵਾਂ ਵਿੱਚੋਂ ਪਿੰਨ ਨੂੰ ਤੁਰੀ ਸੀ ਉਸ ਤੋਂ ਪਲ ਕੋ ਮਗਰੋਂ ਸਰਦਾਰ ਸ਼ਾਮ ਸਿੰਘ ਬਲਵੰਤ ਸਿੰਘ ਅਰ ਹੋਰ ਮੁਖੀਏ ਪੁਰਖ ਇਕੱਠੇ ਹੋ ਕੇ ਬੈਠੇ ਵਿਚਾਰਾ ਕਰ ਰਹੇ ਸਨ ਕਿ ਜਿੱਥੇ ਅਸੀਂ ਲੁਕੇ ਦਿਨ گزار ਰਹੇ ਹਾਂ ਇਹ ਥਾਂ ਵੀ ਹੁਣ ਬਚਣਾ ਨਹੀਂ ਜੋ ਅਵਾਇਆਂ ਲੱਖੋਂ ਦੀਆਂ ਆ ਰਹੀਆਂ ਹਨ ਭਿਆਨਕ ਹਨ ਠੀਕ ਉਸ ਵੇਲੇ ਇੱਕ ਹੋਰ ਸਿੰਘ ਜਿਸ ਦਾ ਨਾਮ ਬਿਜਲਾ ਸਿੰਘ ਸੀ ਆ ਪਹੁੰਚਾ ਇਸ ਨੂੰ ਸ਼ਾਮ ਸਿੰਘ ਨੇ ਪਛਾਤਾ ਆਦਰ ਨਾਲ ਪਾਸ ਬਿਠਾਇਆ ਤੇ ਦੂਸਰੇ ਜਥਿਆਂ ਦੀ ਸੁਖ ਸਾਂਦ ਪੁੱਛੀ ਬਿਜਲਾ ਸਿੰਘ ਨੇ ਬੇਨਤੀ ਕੀਤੀ ਕਿ ਮੈਨੂੰ ਖਾਲਸਾ ਜੀ ਨੇ ਘੱਲਿਆ ਹੈ ਤੁਸਾਂ ਨੂੰ ਪਤਾ ਹੀ ਹੈ ਕਿ ਲਖਪਤ ਰਾਏ ਨੇ ਡਾਡਾ ਹਨੇਰ ਚੁੱਕਿਆ ਹੋਇਆ ਹੈ ਕਤਲਮ ਸ਼ੁਰੂ ਹੈ ਧਰਮਸਾਲਾਂ ਦੀ ਬੇਅਦਬੀ ਕੀਤੀ ਹੈ ਤੇ ਕਈ ਥਾਂ ਪੋਥੀਆਂ ਸਾੜੀਆਂ ਹਨ ਤੇ ਸਾਰੇ ਦੇਸ਼ ਅੰਦਰ ਕਮਸਾਨ ਚੌਂਦੇ ਮਚਾਰ ਰਹੀ ਹੈ ਸੋ ਇਸ ਕਰਕੇ ਸਰਦਾਰ ਜੱਸਾ ਸਿੰਘ ਸਰਦਾਰ ਹਰੀ ਸਿੰਘ ਸਰਦਾਰ ਸੁੱਖਾ ਸਿੰਘ ਗੱਲ ਕੀ ਸਾਰੇ ਸਰਦਾਰ ਇਕੱਠੇ ਹੋ ਰਹੇ ਹਨ ਕਿਉਂਕਿ ਲੱਖੂ ਰਾਵੀ ਦੇ ਝੱਲਾਂ ਤੇ ਹੋਰ ਲੁਕੇਵਿਆਂ ਤੋਂ ਖਾਲਸਾ ਨੂੰ ਕੱਢ ਰਿਹਾ ਹੈ ਤੁਸੀਂ ਵੀ ਉਧਰ ਚਾਲੇ ਪਾ ਜਾਓ ਪੈ ਜਾਓ ਇਸ ਪਾਸੇ ਵੀ ਦੁਸ਼ਮਣ ਸੈਨਾ ਝੱਲਾਂ ਬਣਾ ਨੂੰ ਖੋਜਣ ਆ ਰਹੀ ਹੈ ਤੁਸੀਂ ਇੱਥੇ ਅਮਨ ਵਿੱਚ ਨਹੀਂ ਰਹਿ ਸਕਦੇ ਇਹ ਗੱਲ ਸੁਣ ਕੇ ਸ਼ਾਮ ਸਿੰਘ ਨੇ ਕਿਹਾ ਸਤਿਵਚਨ ਕਿਉਂ ਭਾਈ ਬਲਵੰਤ ਸਿੰਘਾ ਖਾਲਸਾ ਜੀ ਨੂੰ ਆਖ ਦੇਵੋ ਜੋ ਕਮਰ ਕੱਸੇ ਕਰਕੇ ਚੜ੍ਹਾਈ ਦਾ ਤਿਆਰਾ ਕਰ ਲੈਣ ਹੁਣ ਤਾਂ ਸੂਰਜ ਡੁੱਬਣ ਦਾ ਵੇਲਾ ਹੈ ਇੱਕ ਆਤ ਦਿਨ ਵਿੱਚ ਸਭ ਕੁਝ ਹੋ ਜਾਵੇ ਤੇ ਫੇਰ ਤੜਕੇ ਤਾਰਿਆਂ ਦੀ ਛਾਂਵੇਂ ਕੂਚ ਹੋ ਜਾਵੇ ਹਾਂ ਭਾਈ ਬਿਜਲਾ ਸਿੰਘ ਕਿੱਠੇ ਕਿੱਥੇ ਹੋਣਾ ਹੈ ਬਿਜਲਾ ਸਿੰਘ ਮਹਾਰਾਜ ਜੀ ਹਾਲੇ ਕਾਹਨੂਵਾਨ ਦੇ ਛੰਬ ਕੋਲ ਸੰਘੜੇ ਬੰਨ ਵਿੱਚ ਜਾ ਰਹੇ ਹਨ ਬਲਵੰਤ ਸਿੰਘ ਤਾਂ ਅਸਾ ਹੁਣ ਬੰਨੋ ਬੰਨ ਚੱਲਣਾ ਹੈ ਕਿ ਦੇਸ਼ ਵਿੱਚੋਂ ਦੀ ਬਿਜਲਾ ਸਿੰਘ ਦੇਸ਼ ਵਿੱਚੋਂ ਹੀ ਫੱਟ ਦੇ ਕੇ ਨਿਕਲ ਚਲੋ ਇਸ ਬੰਨੇ ਤੁਰਕ ਅਜੇ ਕੁਝ ਅਵੇਸਲੇ ਪਏ ਹਨ ਚਾਰ ਪੰਜ ਦਿਨਾਂ ਬਾਅਦ ਤੁੰਮਣ ਐਧਰ ਵੀ ਆ ਨਿਕਲਣਗੇ ਬਲਵੰਤ ਸਿੰਘ ਸਤਿਵਚਨ ਸਤਿਵਚਨ ਕਹਿ ਕੇ ਬਲਵੰਤ ਸਿੰਘ ਲੰਗਰ ਵੱਲ ਗਿਆ ਅੱਗੋ ਸੁੰਦਰੀ ਨੂੰ ਨਾ ਦੇਖ ਕੇ ਪੁੱਛਿਆ ਸਰਮਕੌਰ ਬੋਲੀ ਕੀ ਭੈਣ ਅਜ ਪਿੰਡ ਗਈ ਹੋਈ ਹੈ। ਬਲਵੰਤ ਸਿੰਘ ਵਿਚਾਰੇ ਨੂੰ ਕੀ ਪਤਾ ਸੀ ਕਿ ਭੈਣ ਕਿਹੜੇ ਦੁੱਖ ਨੂੰ ਫੜੀ ਗਈ ਹੈ। ਉਹ ਮਾਮੂਲੀ ਗੱਲ ਸਮਝ ਕੇ ਚਲਿਆ ਗਿਆ ਔਰ ਖਾਲਸੇ ਜੀ ਨੂੰ ਕੂਝ ਦੀ ਖਬਰ ਸੁਣਾ ਕੇ ਫਿਰ ਸਰਦਾਰ ਹੁਣ ਆਪਸ ਜਾ ਬੈਠਾ। ਇੱਥੇ ਅੱਗੇ ਗੱਲਾਂ ਬਾਤਾਂ ਛੜੀਆਂ ਹੋਈਆਂ ਸਨ। ਵਿਜਲਾ ਸਿੰਘ ਸਿੱਖਾਂ ਦੇ ਦੁਖੜੇ ਤੇ ਲਖਪਤ ਰਾਏ ਦੇ ਧੱਕੇ ਇਉਂ ਸੁਣਾ ਰਿਹਾ ਸੀ। ਵਿਜਲਾ ਸਿੰਘ ਬਸ ਸਰਦਾਰ ਜੀ ਜਿਸ ਵੇਲੇ ਲਖਪਤ ਰਾਏ ਨੂੰ ਖਬਰ ਪਹੁੰਚੀ ਭਈ ਮੇਰੇ ਪ੍ਰਾਣ ਨੇ ਸਿੱਖਾਂ ਨੂੰ ਤੰਗ ਕੀਤਾ ਤੇ ਦੱਬੀ ਜਾਂਦਾ ਸੀ ਤਾਂ ਸਿੱਖਾਂ ਨੇ ਵੀ ਅੱਗੋਂ ਲੜਾਈ ਕੀਤੀ ਔਰ ਉਸ ਨੂੰ ਮਾਰ ਦਿੱਤਾ। ਨੋਟ ਲਖਪਤ ਦੇ ਜ਼ੁਲਮ ਬਾਰੇ ਲਿਖਿਆ ਹੈ, ਲੇਵੇ ਪੈਸੇ ਦੇ ਕੇ ਦੁੱਖ, ਬੰਦੇ ਪੈਂਚ ਸੋ ਹੋ ਕੇ ਰੁਖ, ਕਿਸੈ ਟੰਗੇ ਕਿਸੈ ਕਮਚਨ ਮਾਰੇ, ਐਸ ਭਾਤ ਸਿਉ ਮੁਲਕ ਉਜਾਰਿਆ। ਇਹ ਲਖਪਤ ਸਿੰਘਾਂ ਦੇ ਇੱਕ ਜਥੇ ਦੇ ਹੱਥ ਧੋਕੇ ਮਗਰ ਪੈ ਗਿਆ ਸੀ। ਐਮਨਾ ਮਦ ਬਾਦੋਂ ਪਰੇ ਬੱਦੋਂ ਕੀ ਗੁਸਾਈਆਂ ਪਾਸ ਲਖਪਤ ਐਨਾ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਸੀ। ਬਿਜਲਾ ਸਿੰਘ ਬਸ ਸਰਦਾਰ ਜੀ ਜਿਸ ਵੇਲੇ ਲਖਪਤ ਰਾਏ ਨੂੰ ਖਬਰ ਪਹੁੰਚੀ ਭਈ ਮੇਰਾ ਭਰਾ ਭਈ ਮੇਰੇ ਪ੍ਰਾਣ ਨੇ ਸਿੱਖਾਂ ਨੂੰ ਤੰਗ ਕੀਤਾ ਹੈ ਤੇ ਦੱਬੀ ਜਾਂਦਾ ਸੀ ਤਾਂ ਸਿੱਖਾਂ ਨੇ ਵੀ ਅੱਗੋਂ ਲੜਾਈ ਕੀਤੀ ਔਰ ਉਸ ਨੂੰ ਮਾਰ ਦਿੱਤਾ। ਤਦ ਤਾਂ ਅੱਗ ਦਾ ਅਵਾਂਡਾ ਹੋ ਗਿਆ ਔਰ ਕਰੋਧ ਵਿੱਚ ਭਰ ਕੇ ਬੋਲਿਆ ਮੈਂ ਖੱਤਰੀ ਹਾਂ ਜੇਕਰ ਸਿੱਖਾਂ ਦਾ ਬੀਜ ਨਾਸ਼ ਨਾ ਕਰਦਿਆਂ ਤਾਂ ਬਸ ਜੀ ਉਸੇ ਵੇਲੇ ਲਾਹੌਰ ਦੇ ਨਵਾਬ ਕੋਲ ਜਾ ਪਟਿਆ ਕਿ ਵੇਖ ਤੇਰੇ ਰਾਜ ਵਿੱਚ ਸਿੱਖਾਂ ਨੇ ਮੇਰਾ ਭਰਾ ਮਾਰ ਸਟਿਆ ਹੈ ਅਰ ਕਿਸੇ ਬੋੜਾ ਨਾ ਕੀਤੀ ਹੁਣ ਮੈਂ ਸਿੱਖਾਂ ਦਾ ਨਾਸ਼ ਕਰਨਾ ਚਾਹੁੰਦਾ ਹਾਂ ਤਦ ਨਵਾਬ ਨੇ ਕਿਹਾ ਲਖਪਤ ਰਾਏ ਜੇ ਤੂੰ ਇਹ ਕੰਮ ਕਰੇ ਤਾਂ ਹੋਰ ਕੀ ਲੋੜੀਦਾ ਹੈ ਤੁਹਾਨੂੰ ਪਤਾ ਹੈ ਕਿ ਲਾਹੌਰ ਦੇ ਨਵਾਬ ਯਾਯਾ ਖਾਨ ਨੂੰ ਪਿਓ ਨਾਲੋਂ ਬਹੁਤਾ ਸ਼ੌਕ ਸਿੱਖਾਂ ਨੂੰ ਮਾਰਨ ਦਾ ਹੈ ਸਰਕਾਰੀ ਤੋਪਖਾਨਾ ਫੌਜਾਂ ਜੋ ਜੀ ਚਾਹੇ ਲੈ ਇਹਨਾਂ ਦਾ ਖੁਰਾਕ ਹੋਜ ਮੁਕਾ ਬਸ ਜੀ ਲਖਵਤ ਨੂੰ ਕੀ ਚਾਹੀਦਾ ਸੀ ਲਾਹੌਰ ਤੋਂ ਹੀ ਸਿੱਖਾਂ ਦੀ ਕਤਲ ਤੇ ਉਹਨਾਂ ਨੂੰ ਦੁੱਖ ਦੇਣਾ ਆਰਾਮ ਕਰ ਦਿੱਤੋ ਜੋ ਸਿੱਖ ਲਾਹੌਰ ਦੇ ਕਿਸੇ ਦਰਵਾਜ਼ੇ ਵਿੱਚੋਂ ਲੰਘ ਉੱਥੇ ਹੀ ਫੜਿਆ ਜਾਵੇ ਤੇ ਮਾਰਿਆ ਜਾਵੇ ਨੋਟ ਲਖਵਤ ਨੇ ਪਹਿਲੇ ਲਾਹੌਰ ਦੇ ਸਿੰਘਾਂ ਪਰ ਹੱਥ ਉਠਾਇਆ ਔਰ ਉਹਨਕੋ ਗ੍ਰਿਫਤਾਰ ਕਰਕੇ ਕਤਲ ਕਰਾਣੇ ਲਗਾ ਤਵਾਰੀਖ ਖਾਂ ਸਫਾ 74 ਦੋ ਤਿੰਨ ਦਿਨ ਇਹ ਹਾਲ ਰਿਹਾ ਤੇ अनेका ਸਿੱਖ ਮਾਰੇ ਗਏ ਇਹ ਜੋਧੇ ਨਹੀਂ ਸ਼ਹਿਰੀ ਵਸੋਂ ਦੇ ਸਿੱਖ ਸਨ ਵੱਡੇ ਵੱਡੇ ਸੋਹਣੇ ਜਵਾਨ ਵਿਲਕ ਦੇ ਵਾਲ ਵੋਟੀਆਂ ਤੇ ਮਾਵਾਂ ਛੱਡ ਕੇ ਕੰਮ ਕਾਜ ਗਏ ਹੋਏ ਹੀ ਮੌਤ ਦਾ ਸ਼ਿਕਾਰ ਹੋ ਗਏ ਪਰ ਵਾਹ ਵਾਹ ਖਾਲਸਾ ਜੀ ਕਿਸੇ ਨੇ ਧਰਮ ਵੱਲੋਂ ਮੂੰਹ ਨਹੀਂ 모ੜਿਆ ਹੱਸ ਹੱਸ ਕੇ ਜਾਨਣਾ ਦੇਂਦੇ ਰਹੇ ਇੱਕ ਦਿਨ ਦੀ ਗੱਲ ਹੈ ਕਿ ਭਾਈ ਹਰਕੀਰਤ ਸਿੰਘ ਜੀ ਆਪਣੀ ਸਿੰਘਣੀ ਤੇ ਭੁਜੰਗੀ ਸਮੇਤ ਲਾਹੌਰ ਆ ਗਏ ਉਨਾਂ ਨੂੰ ਕੀ ਖਬਰ ਸੀ ਜੋ ਸ਼ਹਿਰ ਵਿੱਚ ਕਹਿਰ ਵਰਤ ਰਿਹਾ ਹੈ ਅਜੇ ਸੁਨਹਿਰੀ ਮਸਜਿਦ ਤੋਂ ਦੁਰਾਡੇ ਹੀ ਸਨ ਕਿ ਲਖपत ਸਾਹਮਣੇ ਪਾਸਿਓਂ ਘੋੜੇ ਤੇ ਚੜਿਆ ਆ ਗਿਆ ਭਾਈ ਜੀ ਨੂੰ ਵੇਖ ਕੇ ਖੜਾ ਹੋ ਗਿਆ ਤੇ ਬੁਲਿਆ ਕਿ ਅਜੇ ਥੋੜੀ ਦਿਨ ਦਿਹਾੜੇ ਲਾਹੌਰ ਵਿੱਚ ਸਿੱਖ ਫਿਰ ਰਹੇ ਹਨ ਹੇ ਰਾਮ ਇਹ ਕਾਡਿਆਂ ਕਾ ਭੌਣ ਕਦ ਸਿਮਟਿਵੇਗਾ ਸਿਪਾਹੀਓ ਇਸ ਸਿੱਖ ਨੂੰ ਪਕੜ ਲਓ ਭਾਈ ਹੋਰੀ ਛਟਪਟ ਫੜੇ ਗਏ ਜਦ ਦੀਵਾਨ ਨੇ ਨੇੜੇ ਆਏ ਤਾਂ ਆਖਣ ਲੱਗੇ ਕਿਸ ਕਸੂਰ ਬਦਲੇ ਸਾਨੂੰ ਫੜਿਆ ਹੈ ਲਖਪਤ ਰਾਏ ਨੇ ਕਿਹਾ ਸਿੱਖ ਹੋਣਾ ਘੋਰ ਪਾਪ ਹੈ ਇਸ ਦੇ ਬਦਲੇ ਫੜਿਆ ਹੈ ਹੁਣ ਜਾਂ ਤਾਂ ਇਸ ਧਰਮ ਨੂੰ ਛੱਡੋ ਜਾਂ ਪਿਆਰੀ ਜਾਨ ਤੋਂ ਹੱਥ ਤੋਂ ਬੈਠੋ ਹਰਕੀਰਤ ਸਿੰਘ ਸਤਿਵਚਨ ਜੋ ਆਪਦੀ ਇੱਛਾ ਇਹ ਅਨਿਆਏ ਚੰਗਾ ਤਾਂ ਨਹੀਂ ਪਰ ਡਾਡੇ ਨਾਲ ਕੀ ਚਾਰਾ ਤੁਸੀਂ ਜ਼ਰੂਰ ਸਰੀਰ ਲੈ ਹੀ ਲੈਣਾ ਹੈ ਤਾਂ ਵਾਹ ਵਾਹ ਲਖਵਤ ਰਾਏ ਸਿੱਖੀ ਨਹੀਂ ਛੱਡੋਗੇ ਹਰਕੀਰਤ ਸਿੰਘ ਇਹ ਬਚਨ ਕੰਨੀ ਵੀ ਨਾ ਪਾਓ ਜੋ ਕੁਝ ਕਰਨਾ ਹੈ ਕਰ ਲਓ ਲਖਪਤ ਰਾਏ ਇਹ ਤੀਵੀ ਤੇ ਮੁੰਡਾ ਕਿਸਦਾ ਹੈ ਹਰਕੀਰਤ ਸਿੰਘ ਸਭ ਕੁਝ ਗੁਰੂ ਜੀ ਦਾ ਹੈ ਲਖਪਤ ਰਾਏ ਤੇਰਾ ਵੀ ਕੁਝ ਹੈ ਹਰਕੀਰਤ ਸਿੰਘ ਮੇਰਾ ਕੁਝ ਵੀ ਨਹੀਂ ਜੋ ਕੁਝ ਹੈ ਗੁਰੂ ਦਾ ਹੈ ਮੇਰਾ ਤਾਂ ਆਪਣਾ ਆਪ ਵੀ ਗੁਰੂ ਦਾ ਹੈ ਲਖਪਤ ਰਾਏ ਗੱਲਾਂ ਦਲੇਰੀ ਦੀਆਂ ਹਨ ਪਰ ਮੌਤ ਬੁਰੀ ਬਲਾ ਹੈ ਹਰਕੀਰਤ ਸਿੰਘ ਪਰਮੇਸ਼ਰ ਤੋਂ ਵਿਛੜੜੇ ਹੋਇਆ ਲਈ ਗੁਰੂ ਦੇ ਸੇਵਕਾ ਲਈ ਤਾਂ ਪਿਆਰੀ ਚੀਜ਼ ਹੈ ਲਖਪਤ ਰਾਏ ਨੌਕਰਾਂਵਲ ਤੱਕ ਕੇ ਸਿਪਾਹੀਓ ਇਸ ਸਿੱਖ ਨੂੰ ਮਾਰ ਦਿਓ ਤੇ ਇਸ ਦੀ ਵਰਤੀ ਪੁੱਤਰ ਨੂੰ ਜਾਨ ਬੇਗਵਾਸ ਦੇ ਆਓ ਮੁਸਲਮਾਨ ਬਣਾ ਲਵੇ ਇਹ ਬਚਨ ਉਹਦੇ ਮੂੰਹ ਵਿੱਚ ਹੀ ਸੰਨ ਕਿ ਹਰਕੀਰਤ ਸਿੰਘ ਦੀ ਸਿੰਗੜੀ ਬੈਤ ਵਾਂਗੂ ਥਰਨ ਥਰਨ ਕੰਬੀ ਅਤੇ ਰੁਕੀ ਹੋਈ ਆਵਾਜ਼ ਵਿੱਚ ਬੋਲੀ ਸਾਨੂੰ ਪਹਿਲੇ ਮਰਵਾ ਦੇ ਤੈਨੂੰ ਸੌ ਗਊ ਦਾ ਪੁੰਨ ਹੋ ਲਖਪਤ ਰਾਏ ਨਹੀਂ ਨਹੀਂ ਤੁਹਾਡੀ ਸਜ਼ਾ ਇਹੋ ਠੀਕ ਹੈ ਤੇਰੇ ਨਾਲ ਇਹੋ ਕੁਝ ਹੋਊ ਮੇਰਾ ਹੁਕਮ اٹਲ ਹੈ ਇਹ ਕਹਿਣ ਦੀ ਢਿੱਲ ਹੋਈ ਕਿ ਉਸ ਧਰਮੀ ਧੀ ਨੇ ਪੁੱਤਰ ਨੂੰ ਗਲੋ ਫੜ ਕੇ ਸਵਾਮੀ ਨੂੰ ਕਿਹਾ ਮਹਾਰਾਜ ਮੈਂ ਇਸ ਦਾ ਗਲਾ ਘੁੱਟਦੀ ਹਾਂ ਔਰ ਆਪ ਮੇਰਾ ਘੁੱਟ ਦਿਓ ਤੁਹਾਨੂੰ ਤਾਂ ਇਹ ਮਾਰ ਹੀ ਦੇਣਗੇ ਛੇਤੀ ਕਰੋ ਵਿਕਲਪ ਨਾ ਕਰੋ ਇਸ ਵੇਲੇ ਧਰਮ ਦੀ ਆਨ ਹੈ ਪਰ ਸ਼ੋਕ ਕੇ ਸਿਪਾਹੀਆਂ ਨੇ ਇਸਤਰੀ ਨੂੰ ਫੜ ਲਿੱਤਾ ਤੇ ਲਖਵਤ ਵੀ ਡਾਡਾ ਹੈਰਾਨ ਹੋਇਆ ਕਿ ਇਹ ਬੰਦੇ ਕਿਸ ਮਿੱਟੀ ਦੇ ਘੜੇ ਹੋਏ ਹਨ ਜਾਹਤਾ ਕੁਛ ਸਮਝਦੇ ਹੀ ਨਹੀਂ ਬਾਜ਼ਾਰ ਵਿੱਚ ਐਸ ਵੇਲੇ ਭੀੜ ਹੋ ਗਈ ਸੀ ਅਣਗਿਣਤ ਲੋਕੀ ਤਰਾਹ ਤਰਾਹ ਕਰ ਰਹੇ ਸਨ ਲਖਵਤ ਦੇ ਮਨ ਵਿੱਚ ਖਬਰੇ ਕੀ ਆਈ ਆਖਣ ਲੱਗਾ ਕਿ ਜਾਓ ਪਹਿਲਾਂ ਇਸ ਬੱਚੇ ਨੂੰ ਵੜਨਾ ਫੇਰ ਇਸ ਧੀਵੀ ਨੂੰ ਤੇ ਫੇਰ ਇਸ ਸਿੱਖ ਨੂੰ ਹਾਏ ਰਾਮ ਮੇਰਾ ਪਿਆਰਾ ਭਰਾ ਇਹਨਾਂ ਦੁਸ਼ਟਾਂ ਸਿੱਖਾਂ ਨੇ ਮਾਰ ਦਿੱਤਾ ਨਹੀਂ ਤਾਂ ਮੈਂ ਕਿਉਂ ਇਹਨਾਂ ਨੂੰ ਮਾਰਦਾ ਇਸ ਵੇਲੇ ਭੀੜ ਵਿੱਚੋਂ ਫਟਕਾਰ ਦੀ ਆਵਾਜ਼ ਆਈ ਜੋ ਲਖपत ਨਾ ਸਹਾਰ ਕੇ ਛੇਤੀ-ਛੇਤੀ ਚਲਾ ਗਿਆ ਉਹ ਤਿੰਨੇ ਜਣੇ ਉਸ ਦਿਨ ਮਾਰੇ ਗਏ ਹਰਕੀਰਤ ਸਿੰਘ ਦੀ ਮੌਤ ਸੁਣ ਕੇ ਸ਼ਾਮ ਸਿੰਘ ਵੱਡਾ ਦੁਖੀ ਹੋਇਆ ਕਿਉਂਕਿ ਸਿੱਖਾ ਵਿੱਚ ਉਸ ਸਮੇਂ ਵਿਦਵਾਨ ਬੜੇ ਘੱਟ ਹੁੰਦੇ ਸਨ ਹਰਕੀਰਤ ਸਿੰਘ ਇੱਕ ਤਕੜਾ ਗਿਆਨੀ ਸੀ ਅਰ ਨਿਰਮੁਖ ਗਿਆਨੀ ਹੀ ਨਹੀਂ ਸੀ ਸਗੋਂ ਕਰਨੀ ਦਾ ਵਿਗਿਆਨੀ ਸੀ ਸਾਰੇ ਸਿੰਘਾਂ ਵਿੱਚ ਇਸ ਦਾ ਵੱਡਾ ਮਾਨ ਸੀ ਇਸ ਕਰਕੇ ਸ਼ਾਮ ਸਿੰਘ ਨੂੰ ਵੱਡੀ ਸਤ ਵਜੀ ਤੇ ਕ੍ਰੋਧ ਵਿੱਚ ਭਰ ਕੇ ਬੋਲਿਆ ਇਸ ਲਖਵਤ ਨਾਲ ਉਹ ਕਰਨੀ ਹੈ ਜੋ ਸਾਰੇ ਪੰਜਾਬ ਵਿੱਚ ਧਾਂਕ ਪਏ ਨਿਰਦੋਸ਼ ਤੇ ਐਡੇ ਗੁਣੀ ਪੁਰਸ਼ ਨੂੰ ਇਸ ਨੇ ਬੇਦਰਦੀ ਨਾਲ ਮਾਰਿਆ ਹੈ ਬਿਜਲਾ ਸਿੰਘ ਸਰਦਾਰ ਜੀ ਕੀ ਕੀ ਹਾਲ ਸੁਣਾਵਾ ਸਾਡੇ ਸਿਰਾਂ ਤੇ ਅਚਰਜ ਦੁੱਖ ਟੁੱਟ ਪਏ ਹਨ ਘਰਾ ਦੀਆਂ ਕੰਧਾਂ ਤੱਕ ਵੈਰੀ ਹੋ ਗਈਆਂ ਹਨ ਇੱਕ ਗੁਰੂ ਸਾਹਿਬ ਦਾ ਆਸਰਾ ਹੈ ਜੋ ਅਸੀਂ ਕਿਸੇ ਤੋਂ ਨਹੀਂ ਲਈ ਦੇ ਨਹੀਂ ਤਾਂ ਵੈਰੀਆਂ ਨੇ ਸਾਡਾ ਬੀਜ ਨਾਸ਼ ਕਰ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਦੇਖੋ ਜਦ ਭਾਈ ਹਰਕੀਰਤ ਸਿੰਘ ਨੇ ਉਹਨਾਂ ਦੀ ਸਿੰਘਣੀ ਤੇ ਪੁੱਤ ਦੀਆਂ ਲੋਥਾਂ ਸਿੰਘਾਂ ਨੇ ਹੌਸਲੇ ਕਰਕੇ ਮੰਗੀਆਂ ਔਰ ਲੈ ਕੇ ਦਾਹ ਕਰਾਏ ਤਾਂ ਲਖपत ਦੇ ਆਦਮੀ ਅੱਗੇ ਖੜੇ ਸਨ ਛੱਟ ਸਿੰਘ ਫੜੇ ਗਏ ਔਰ ਸ਼ਹੀਦ ਕੀਤੇ ਗਏ ਸਰਦਾਰ ਅੱਛਾ ਕੀ ਹੋਇਆ ਆਪਣੀ ਮੌਤ ਨੂੰ ਵਾਜਾ ਮਾਰ ਰਿਹਾ ਹੈ ਹਾਂ ਅਸਾ ਕੱਲ ਹੀ ਸੁਣਿਆ ਸੀ ਕਿ ਲਖੂ ਨੇ ਪਹਿਲੀ ਕਤਲ ਆਮ ਆਪਣੇ ਮੁਲਾਜ਼ਮ ਸਿੱਖਾਂ ਦੀ ਕੀਤੀ ਸੀ ਉਸ ਦਿਨ ਮਸਿਆ ਸੀ ਦੀਵਾਨ ਕੌੜਾ ਮਲ ਕਸ਼ਮੀਰਾ ਮਲ ਲੱਛੀ ਰਾਮ ਸੂਰਤ ਸਿੰਘ ਦੀਵਾਨ ਦਲੇਰਾਮ ਹਰੀ ਮਲ ਬਹਲੂ ਮਲ ਆਦ ਸਿਰ ਕਰਦੇ ਸਿਰ ਕਰਦੇ ਤੇ ਸ਼ਹਿਰ ਦੇ ਲੋਕ ਲੱਖੂ ਪਾਸ ਆਏ ਕਿ ਬੇਗੁਨਾਹ ਹਨ ਇਹਨਾਂ ਨੂੰ ਨਾ ਮਾਰੋ ਪਰ ਉਸ ਨੇ ਇੱਕ ਨ ਮੰਨੀ ਵਿਜਲਾ ਸਿੰਘ ਇਹ ਗੱਲ ਠੀਕ ਹੈ ਹਾਂ ਸੱਚ ਹੋਰ ਗੱਲ ਸੁਣੋ ਦਰਬਾਰ ਸਾਹਿਬ ਕੁਝ ਚਿਰ ਤੋਂ ਪਹਿਰਾ ਨਹੀਂ ਹੈ ਇੱਕ ਦਿਨ ਲਖਪਤ ਨੂੰ ਜਸੂਸ ਨੇ ਦੱਸਿਆ ਕਿ ਸਿੱਖਾਂ ਦਾ ਇੱਕ ਗੁਰਪੁਰਬ ਨੇੜੇ ਹੈ। ਅੰਮ੍ਰਿਤਸਰ ਦੇ ਮੰਦਿਰ ਵਿੱਚ ਸਾਰੇ ਇਕੱਠੇ ਹੋਣਗੇ। ਇਸ ਨਾਲੋਂ ਚੰਗਾ ਵੇਲਾ ਇਹਨਾਂ ਦੇ ਮੁਕਾਉਣ ਦਾ ਹੋਰ ਕੋਈ ਨਹੀਂ। ਲਖਪਤ ਨੇ ਛੱਟ ਨਵਾਬ ਨਾਲ ਗੱਲ ਕਰਕੇ ਇਸ ਕੰਮ ਨੂੰ ਸਿਰ ਝਾੜਨ ਦਾ ਉਪਾਅ ਵੀ ਕੱਢ ਲਿਆ। ਪਰ ਇਹ ਖਬਰ ਦੀਵਾਨ ਕੌੜਾ ਮਲ ਅਤੇ ਦੀਵਾਨ ਸੂਰਜ ਸਿੰਘ ਨੂੰ ਲੱਗ ਗਈ। ਉਹਨਾਂ ਨੇ ਲਖਪਤ ਨੂੰ ਬਹੁਤ ਸਮਝਾਇਆ ਕਿ ਦੇਖ ਇਹ ਸਿੱਖ ਲੋਕ ਸਾਡੀਆਂ ਹੀ ਵਾਹਾਂ ਹਨ। ਸਾਡਾ ਆਪਣਾ ਅੰਗ ਹਨ ਇਹਨਾਂ ਨਾਲ ਵੈਰ ਕਰਨਾ ਆਪਣੇ ਪੈਰੀ ਆਪ ਕੋਹਾਣਾ ਮਾਰਨਾ ਹੈ Hindu ਹੋ ਕੇ Hindu ਨੂੰ ਹੀ ਮਰਵਾਈਏ ਤਾਂ ਗਰ ਕੀ ਆ ਗਈ ਤੇਰਾ ਇੱਕ ਭਰਾ ਇਹਨਾਂ ਮਾਰਿਆ ਸੀ ਸਾਨੂੰ ਵੀ ਸ਼ੌਕ ਹੈ ਓੰਜ ਸੋਚੋ ਤਾਂ ਭਾਈ ਮਨੀ ਸਿੰਘ ਦੇ ਪਕੜਾਉਣ ਵਿੱਚ ਉਸ ਦਾ ਹਿੱਸਾ ਸੀ ਜਿਸ ਦਾ ਸਿੱਖਾਂ ਨੂੰ ਗੁੱਸਾ ਸੀ ਪਰ ਖੈਰ ਜੇ ਤੁਹਾਨੂੰ ਰੋਹ ਹੈ ਤਾਂ ਤੁਹਾਨੂੰ ਯੋਗ ਇਹ ਸੀ ਜੋ ਭਰਾ ਦੇ ਕਤਲਾਂ ਨੂੰ ਮਾਰ ਦੇ ਜਾਂ ਸ਼ਸਤਰਧਾਰੀਆਂ ਨਾਲ ਲੜ ਦੇ ਨਰਦੋਸ਼ ਮਨੁੱਖਾਂ ਤੇ ਤੀਵੀਆਂ ਅਰ ਮਸੂਮ ਬਾਲਾਂ ਨੇ ਤੁਹਾਡਾ ਕੀ ਵਿਗਾੜਿਆ ਹੈ ਭਾਈ ਹਰਕੀਰਤ ਸਿੰਘ ਜਿਹੇ ਗੁਣੀ ਨੂੰ ਮਰਵਾ ਦਿੱਤਾ ਤੇਰੇ ਹੱਥ ਕੀ ਲੱਗਾ ਅੱਗੇ ਹੀ ਸਾਡੇ ਵਿੱਚ ਐਸਾ ਗੁਣੀ ਕੋਈ ਨਹੀਂ ਉਤੋਂ ਤੂੰ ਦਾਤਰੀ ਫੜ ਲਈ ਹੈ ਖੈਰ ਹੁਣ ਜੋ ਬੀਤੀ ਸੋ ਬੀਤੀ ਅੱਗੇ ਨੂੰ ਵੀ ਬੱਸ ਕਰ ਤੇ ਅੰਮ੍ਰਿਤਸਰ ਜਾਣ ਦਾ ਸੰਕਲਪ ਛੱਡ ਦੇ ਲਖਵਤ ਰਾਏ ਭਰਾਓ ਸੱਚ ਆਖਦੇ ਹੋ ਪਰ ਜਿਸ ਦਿਨ ਲੱਗੇ ਸੋਈ ਜਾਣੇ ਕੌਣ ਜਾਣੇ ਪੀਰ ਪਰਾਈ ਪਰਾ ਮੋਏ ਦਾ ਸੱਲ ਤਾਂ ਮੈਨੂੰ ਹੀ ਹੈ ਕਿਸੇ ਹੋਰ ਨੂੰ ਤਾਂ ਨਹੀਂ ਸੂਰਤ ਸਿੰਘ ਸੱਚ ਹੈ ਪਰ ਐਨੇ ਖੂਨ ਕਰਨ ਨਾਲ ਤੁਹਾਡਾ ਪਰਾ ਜਿਉ ਤਾਂ ਨਹੀਂ ਪਿਆ ਨੋਟ ਇਤਿਹਾਸਕਾਰ ਮੰਨਦੇ ਹਨ ਕਿ ਇਸ ਕਤਲਾਮ ਵਿੱਚ ਆਮ ਸਿੰਘ ਮਾਰੇ ਗਏ ਬਲਕਿ ਸਿੱਖ ਮਾਰੇ ਗਏ ਇਹ ਵੀ ਲਿਖਿਆ ਹੈ ਕਿ ਗੁਰਦਾਨਾ ਰੋੜੀ ਤੇ ਭੇਲੀ ਸੱਦਣ ਦਾ ਹੁਕਮ ਹੋਇਆ ਤੇ ਗ੍ਰੰਥ ਦੀ ਥਾਂ ਸਭ ਪੋਥੀ ਲਫ਼ਜ਼ ਬੋਲਨ ਜੋ ਗੁੜ ਤੋਂ ਗੁਰੂ ਦੇ ਅੰਦਰ ਗ੍ਰੰਥ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਧਿਆਨ ਨਾ ਜਾਪਵੇ ਸਿੱਖਾਂ ਦੇ ਪੁਸਤਕ ਵੀ ਸਾੜੇ ਤੇ ਰੂੜੇ ਗਏ ਧਰਮ ਸਥਾਨ ਵੀ ਢਾਏ ਗਏ ਜੋ ਸਿੱਖ ਨਿਗਾਹ ਚੜਿਆ ਬਿਨਾਂ ਪੁੱਛੇ ਕਤਲ ਕੀਤਾ ਗਿਆ ਕੌੜਾ ਮਲ ਦੀਵਾਨ ਜੀ ਜ਼ਰਾ ਵਿਚਾਰ ਤੋਂ ਕਮਲੋ ਹੁਣ ਸੰਭਲ ਜਾਓ ਬਥੇਰੀ ਹੋ ਚੁੱਕੀ ਲਖਵਤ ਹਾਏ ਮੈਥੋਂ ਸਹਾਰਾ ਨਹੀਂ ਹੁੰਦਾ ਤੁਸੀਂ ਐਵੇਂ ਨਾ ਔਖੇ ਹੋਵੋ ਮੇਰਾ ਜੀ ਨਹੀਂ ਮੰਦਾ ਗੱਲ ਕੀ ਉਹ ਦੋਵੇਂ ਸੱਜਣ ਪੁਰਖ ਟੱਕਰਾ ਮਾਰ ਕੇ ਚਲੇ ਆਏ ਉਸ ਅੜ ਮੰਨੇ ਇੱਕ ਨਾ ਮੰਨੀ ਇਹ ਦੋਵੇਂ ਜਣੇ ਉਸ ਵੇਲੇ ਅੰਮ੍ਰਿਤਸਰ ਤੁਰ ਪਏ ਅਰ ਸ਼ਹਿਰ ਵਿੱਚ ਪਹੁੰਚ ਕੇ ਰਾਤੋ ਰਾਤ ਸਬਨਾ ਦੇ ਘਰੀ ਜਾ ਕੇ ਦੱਸ ਦਿੱਤਾ ਕਿ ਲਖਵਤ ਨੇ ਕਲ ਕਤਲਾਮ ਕਰਨੀ ਹੈ ਨੋਟ ਉਦੋਂ ਅੰਮ੍ਰਿਤਸਰ ਇੱਕ ਵੱਡਾ ਸ਼ਹਿਰ ਨਹੀਂ ਸੀ ਜਿੰਨਾ ਕਿ ਅੱਜ ਦਿਖਦਾ ਹੈ ਤੇ ਸਖਤੀਆਂ ਦੇ ਕਾਰਨ ਰੌਣਕ ਵੀ ਘੱਟ ਸੀ ਉਹਨੇ ਕਰੀ ਜਾ ਕੇ ਦੱਸ ਦਿੱਤਾ ਕਿ ਲਖਪਤ ਨੇ ਕੱਲ ਕਤਲਾਮ ਕਰਨੀ ਹੈ ਜੋ ਮੰਦਰ ਜਾਏਗਾ ਮਾਰਿਆ ਜਾਏਗਾ ਇਸ ਕਰਕੇ ਕੱਲ ਕੋਈ ਮੰਦਰ ਨਾ ਜਾਵੇ ਇਹ ਕੰਮ ਕਰਕੇ ਲਾਗੇ ਦੇ ਸਾਰੇ ਪਿੰਡਾਂ ਦੇ ਰਸਤਿਆਂ ਵਿੱਚ ਆਪਣੇ ਆਦਮੀ ਖੜੇ ਕਰ ਦਿੱਤੇ ਕਿ ਜੋ ਸਿੱਖ ਸ਼ਹਿਰ ਆਉਂਦਾ ਮਿਲੇ ਪਿੱਛੇ ਮੋੜ ਦਿਓ ਕਿ ਸਰਕਾਰੀ ਹੁਕਮ ਬੰਦ ਹੈ ਧਰਮੀਪੁਰਖਾਂ ਨੇ ਇਹ ਸ਼ੁਭ ਉਦਦਮ ਸਿਰੇ ਚਾੜਿਆ ਪਰ ਲਖਪਤ ਹੋਰਾਂ ਸਵੇਰੇ ਹੀ ਢੇਰ ਸਾਰੇ ਸਿਪਾਹੀ ਦਰਬਾਰ ਸਾਹਿਬ ਜੀ ਦੇ ਲਾਗੇ ਲੁਕਾ ਦਿੱਤੇ ਤੇ ਆਪ ਕੱਚੀ اٹਾਰੀ ਉੱਤੇ ਬੈਠ ਕੇ ਤਮਾਸ਼ਾ ਵੇਖਣ ਲੱਗਾ। ਉਧਰ ਸਵੇਰ ਹੋਈ ਦੇਖ ਕੇ ਦੀਵਾਨ ਕੌੜਾ ਮੱਲ ਤੇ ਸੂਰਤ ਸਿੰਘ ਵੀ ਘੋੜਿਆਂ ਤੇ ਚੜ ਕੇ ਲਖਪਤ ਦੀ へਠੀ ਹੁੰਦੀ ਵੇਖਣ ਨੂੰ ਤੁਰੇ। ਪਰ ਹਾਏ ਸ਼ੋਕ ਜਦ ਮੰਦਰ ਦੇ ਨੇੜੇ ਪਹੁੰਚੇ ਤਾਂ ਸਿੱਧਕੀ ਸਿੱਖਾਂ ਤੇ ਸਿੰਘਣੀਆਂ ਨੇ ਸ਼ਬਦਾਂ ਦੀਆਂ ਧੁਨੀਆਂ ਦਾ ਆਨੰਦਮਈ ਰਸ ਬਰਖਾ ਵਾਂਗ ਵਰਸਦਾ ਨਜ਼ਰ ਆਇਆ। ਦੋਵੇਂ ਦੀਵਾਨ ਹੱਕੇ ਬੱਕੇ ਹੋ ਗਏ ਔਰ ਉਂਗਲਾ ਟੁੱਕ ਕੇ ਰਹਿ ਗਏ। ਇਹ ਪਿਆਰੇ ਸਿੱਖ ਕਿਸ ਮਿੱਟੀ ਦੇ ਘੜੇ ਹੋਏ ਹਨ। ਮੌਤ ਨੂੰ ਤਾਂ ਕੁਝ ਜਾਣਦੇ ਹੀ ਨਹੀਂ ਕਹੇ ਧਰਮ ਦੇ ਬੀਰ ਹਨ ਹਾਏ ਸ਼ੋਕ ਕਿ ਲੱਖੋ ਇਹਨਾ ਬਹਾਦਰਾਂ ਦੇ ਲਹੂ ਨਾਏਗਾ ਮਨ ਵਿੱਚ ਕੁਝ ਵਿਚਾਰ ਕੇ ਦੋਵੇਂ ਜਣੇ ਘੋੜਿਆਂ ਨੂੰ ਅੱਡੀ ਲਾ ਤੰਬੂਆ ਵੱਲ ਮੁੜੇ ਦਰਸ਼ਨੀ ਦੇਉੜੀ ਅੱਜਕੱਲ ਇੱਥੇ ਬਾਜ਼ਾਰ ਵੱਸਦਾ ਹੈ ਦਰਸ਼ਨੀ ਦੇਉੜੀ ਦੇ ਕੋਲ ਵਾਰ ਸਨ ਕਿ ਇੱਕ ਜਵਾਨ ਧੀ ਵੀ ਨਜ਼ਰ ਪਈ ਜਿਸ ਦੀ ਸੁੰਦਰਤਾ ਪੁੰਨਿਆਂ ਦੇ ਚੰਨ ਵਰਗੀ ਸੀ ਸਮੈਲੜਾ ਕਪੜਾ ਉੱਤੇ ਕੀਤਾ ਹੋਇਆ ਤੇ ਨਾਲ ਇੱਕ ਨੌਵਰੇ ਦਾ ਬਾਲ ਸੀ ਦੋਵੇਂ ਜਣੇ ਕੁਝ ਪਰਦੇ ਆਉਂਦੇ ਸਨ ਅੱਗੇ ਵੱਧ ਕੇ ਦੀਵਾਨ ਕੌੜਾ ਮਲ ਨੇ ਪੁੱਛਿਆ ਕਿੱਧਰ ਚੱਲੇ ਹੋ ਟੀਵੀ ਪੱਲਾ ਪੱਲਾ ਨੀਵੀਂ ਕਰਕੇ ਹੱਥ ਜੋੜ ਕੇ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਸੂਰਤ ਸਿੰਘ ਦਾ ਚਿਹਰਾ ਲਾਲ ਹੋ ਗਿਆ ਅੱਗੇ ਹੋ ਕੇ ਬੋਲਿਆ ਕਿੱਥੋਂ ਆਈ ਹੈ ਤੈਨੂੰ ਕਿਸੇ ਰੋਕਿਆ ਨਹੀਂ ਵੱਡੇ ਧੀਰਜ ਨਾਲ ਟੀਵੀ ਨੇ ਉੱਤਰ ਦਿੱਤਾ ਜੀ ਮੈਂ ਤੁੰਗਾ ਤੋਂ ਆਈ ਹਾਂ ਨੋਟ ਅਮਰਤ ਸਰ ਤੋਂ ਢਾਈ ਕੋ ਤੇ ਪਿੰਡ ਹੈ ਤੁੰਗਾ ਜੀ ਮੈਂ ਤੁੰਗਾ ਤੋਂ ਆਈ ਹਾਂ ਦੋ ਆਦਮੀ ਰਾਹ ਵਿੱਚ ਖੜੇ ਸਨ ਉਹਨਾਂ ਆਖਿਆ ਕਿ ਮੰਦਰ ਨਾ ਜਾਓ ਮਾਰੇ ਜਾਓਗੇ ਸੋ ਉੱਥੇ ਮੁੜ ਕੇ ਪਹਿਲੀਆਂ ਵਿੱਚ ਦੀ ਲੁੱਕ ਕੇ ਲੰਗਾਈ ਹਾਂ ਤੇ ਰਾਹ ਵਟਾ ਕੇ ਆਈ ਹਾਂ ਕੌੜਾ ਮਲ ਤੈਨੂੰ ਜਾਨ ਪਿਆਰੀ ਨਹੀਂ ਦੀ ਵੀ ਮਹਾਰਾਜ ਜੀ ਜਾਨ ਨਾਲੋਂ ਵਧੇਕ ਹੋਰ ਕੀ ਪਿਆਰਾ ਹੋਣਾ ਹੈ ਪਰ ਅੰਤ ਜਾਨ ਨੇ ਚਲੇ ਜਾਣਾ ਹੈ ਧਰਮ ਨੇ ਸਾਥ ਕਦੇ ਨਹੀਂ ਛੱਡਣਾ ਇਸ ਕਰਕੇ ਜਾਨ ਨੂੰ ਧਰਮ ਦੇ ਕੇ ਤਾਂ ਨਹੀਂ ਨਾ ਬਚਾਉਣਾ ਸੂਰਤ ਸਿੰਘ ਮੰਦਰ ਨਾ ਆਉਂਦੀ ਉਹ ਤਾਂ ਧਰਮ ਕਿੱਧਰ ਜਾਂਦਾ ਹੈ ਜੀ ਮਹਾਰਾਜ ਜੀ ਅਜੇਹੇ ਗੁਰਪੁਰਬ ਦੇ ਦਿਨ ਸਤਿਗੁਰਾਂ ਤੋਂ ਬੇਮੁਖ ਹੋਇਆ ਫਿਰ ਢੋਈ ਕਿੱਥੇ ਮਿਲਣੀ ਹੈ ਫਿਰ ਜਾਨ ਬਚਾਉਣ ਦੀ ਖਾਤਰ ਜਿਸ ਨਿਕਾਰੀ ਨੇ ਨਾਲ ਨਿਭਣਾ ਹੀ ਨਹੀਂ ਤੇ ਇਸ ਨੇ ਇੱਕ ਦਿਨ ਦਗਾ ਦੇ ਕੇ ਜਾਣਾ ਹੈ ਪਰ ਧਰਮ ਪਿਆਰਾ ਧਰਮ ਉਸ ਵੇਲੇ ਵੀ ਅੰਗ ਸੰਗ ਰਹੇਗਾ ਜਦੋਂ ਸਭੇ ਤਿਆਗ ਦੇਣਗੇ ਇਹ ਨਾਲ ਹੋਵੇਗਾ ਸੂਰਜ ਸਿੰਘ ਬੀਬੀ ਤੇਰਾ ਐਡਾ ਜਿਗਰਾ ਕਿੱਥੋਂ ਹੋ ਗਿਆ ਇਹ ਤੇਰੀ ਉਮਰ ਸੁਖ ਭੋਗਣ ਦੀ ਤੂੰ ਐਡੀ ਵਿਰਾਗ ਨਾਲ ਕਿਕਰ ਹੋ ਗਈ ਤੀਵੀ ਗੁਰੂ ਨਾਨਕ ਦੇਵ ਜੀ ਨੇ ਬਾਹੋਂ ਫੜ ਕੇ ਆਪਣੇ ਵੱਲ ਖਿੱਚ ਲਿਆ ਹੈ ਬਸ ਮੈਨੂੰ ਕੁਝ ਮਾਲੂਮ ਨਹੀਂ ਹਾਂ ਭਾਈ ਹਰਕੀਰਤ ਸਿੰਘ ਜੀ ਦੀ ਕਥਾ ਅੱਖਾਂ ਅੱਗੇ ਫਿਰ ਰਹੀ ਹੈ ਕੌੜਾ ਮਲ ਹਾਂ ਉਹ ਵਿਚਾਰਾ ਵੀ ਮਾਰਿਆ ਗਿਆ ਤੀਵੀ ਸ੍ਰੀ ਵਾਹਿਗੁਰੂ ਸੰਤ ਵੀ ਮਰਦੇ ਨੇ ਸੰਤ ਆਪਣੇ ਘਰਾਂ ਨੂੰ ਜਾਂਦੇ ਸਨ ਹਨ ਸੰਤਾਂ ਨੂੰ ਮਾਰਨ ਵਾਲਾ ਕੌਣ ਜੰਮਿਆ ਹੈ ਕੌੜਾਮਲ ਹੱਛਾ ਹੁਣ ਤੁਸੀਂ ਮੰਦਰ ਜ਼ਰੂਰ ਜਾਣਾ ਹੈ ਧੀਵੀ ਜੋ ਸਤਿਗੁਰਾਂ ਨੂੰ ਭਾਵੇ ਕੌੜਾਮਲ ਤੇਰਾ ਸਵਾਮੀ ਨਾਲ ਨਹੀਂ ਆਇਆ ਧੀਵੀ ਜੀ ਉਹ ਸੱਚਖੰਡ ਨੂੰ ਵਿਦਾ ਹੋ ਚੁੱਕੇ ਹਨ ਸੂਰਜ ਸਿੰਘ ਬੀਬੀ ਸਾਡੇ ਕਹੇ ਲੱਗ ਔਰ ਮੁੜ ਜਾ ਔਰ ਇਸ ਵਾਲ ਤੇ ਤੇ ਆਪਣੀ ਜਿੰਦ ਬਚਾਲੇ ਲਖਵਤ ਅੱਗੇ ਬੈਠਾ ਹੈ ਉਹ ਮਾਰੇ ਬਿਨਾਂ ਛੱਡੇਗਾ ਨਹੀਂ ਤੀਵੀ ਸਤਿਵਚਨ ਆਪ ਕਿਰਪਾ ਕਰਕੇ ਰਸਤਾ ਬਖਸ਼ ਦੇਵੋ ਸੂਰਤ ਸਿੰਘ ਮਾਈ ਜੀ ਇਸ ਬਾਲ ਪਰ ਵੀ ਤਰਸ ਨਹੀਂ ਆਉਂਦਾ ਤੀਵੀ ਤਰਸ ਆਇਆ ਹੈ ਤਦੇ ਤਾਂ ਨਾਲ ਲੈ ਆਈ ਹਾਂ ਨਹੀਂ ਤਾਂ ਪਿੱਛੇ ਨਾ ਛਡਾਉਂਦੀ ਮੈਂ ਸੋਚਿਆ ਕਿ ਮੈਂ ਇਕੱਲੀ ਹੀ ਕਿਉਂ ਸੱਚਖੰਡ ਨੂੰ ਜਾਵਾਂ ਆਪਣੇ ਜਿੰਦ ਦੇ ਟੋਟੇ ਨੂੰ ਵੀ ਲੈ ਜਾਵਾਂ ਪਿੱਛੇ ਖਬਰੇ ਇਹ ਸਤਗੁਰਾਂ ਤੋਂ ਬੇਮੁਖ ਹੋ ਜਾਵੇ ਉਮਰ ਨਿਆਣੀ ਹੈ ਕੋੜਾਮਲ ਹੇ ਵਾਹਿਗੁਰੂ ਓ ਕੀ ਵਸਤੂ ਹੈ ਜੋ ਤੂੰ ਪਿਆਰਿਆ ਸਿੱਖਾਂ ਦੇ ਹਿਰਦੇ ਵਿੱਚ ਪਾਈ ਹੈ ਹਾਏ ਸ਼ੋਕ ਲਖਪਤ ਅਜੇਹੇ ਧਰਮੀਆਂ ਨੂੰ ਮਾਰੇਗਾ ਤੀਵੀ ਮਹਾਪੁਰਖੋ ਇਹ ਅੰਮ੍ਰਿਤ ਦਾ ਪ੍ਰਤਾਪ ਹੈ ਗੁਰੂ ਦੀ ਮਹਿਰ ਹੈ ਅਰ ਜੇ ਸਿੱਖਾਂ ਨਾਲ ਆਪ ਨੂੰ ਐਡਾ ਪਿਆਰ ਹੈ ਜਿਡਾ ਇਸ ਵੇਲੇ ਆਪ ਦੇ ਵਰਤਾਓ ਤੋਂ ਦਿਸ ਰਿਹਾ ਹੈ ਤਾਂ ਲਖਪਤ ਨਾਲ ਲੜ ਕੇ ਉਸ ਨੂੰ ਅਜੇਹੇ ਪਾਪ ਤੋਂ ਰੋਕ ਦਿਓ ਜੇ ਕੋਈ ਰਾਜਨੀਤੀ ਦੀ ਇਸ ਵਿੱਚ ਰੋਕ ਹੈ ਤਾ ਕਿਸੇ ਬੰਦ ਵਿੱਚ ਖਾਲਸੇ ਦੇ ਕਿਸੇ ਜਥੇ ਨੂੰ ਖਬਰ ਕਰ ਦਿਓ ਇਹ ਗੱਲ ਤੁਹਾਨੂੰ ਤੀਰ ਵਾਂਗੂ ਲੱਗੀ ਬੀਬੀ ਨੂੰ ਰੋਕ ਨਾ ਸਕੇ ਉਹ タルਮੀ ਤੀਵੀ ਪਾਠ ਕਰਦੀ ਹਰਮੰਦਰ ਸਾਹਿਬ ਨੂੰ ਚਲੀ ਗਈ ਦੋਵੇਂ ਜਣੇ ਇਹ ਸਲਾਹ ਪੱਕੀ ਕਰਕੇ ਕਿ ਅੱਜ ਭਾਵੇਂ ਜਾਨ ਜਾਏ ਸਿੱਖਾਂ ਨੂੰ ਬਚਾ ਲੈਣਾ ਹੈ ਡੇਰੇ ਪਹੁੰਚੇ ਅਰ ਪੰਛੀ ਤੀ ਅਸਵਾਰ ਜੋ ਇਹਨਾਂ ਦੇ ਨਾਲ ਸਨ ਲੈ ਕੇ ਲਖਵਤ ਪਾਸ ਪਹੁੰਚੇ ਅਤੇ ਉਸ ਨੂੰ ਬਹੁਤ ਸਮਝਾਇਆ ਛੇਕੜ ਉਸਨੇ ਇੰਨਾ ਮੰਨਿਆ ਕਿ ਮੈਨੂੰ ਸੋਚ ਲੈਣ ਦਿਓ ਔਰ ਵਖਰਿਆਂ ਜਾ ਕੇ ਲਖੂ ਨੇ ਆਪਣੀ ਸੈਨਾ ਦੇ ਸੈਨਾਪਤੀ ਨੂੰ ਇਹ ਕਿਹਾ ਕਿ ਮੈਂ ਜਾਣਦਾ ਹਾਂ ਔਰ ਇਹ ਹੁਕਮ ਦੇਵਾਂਗਾ ਕਿ ਕਿਸੇ ਸਿੱਖ ਨੂੰ ਨਾ ਮਾਰਨਾ ਪਰ ਤੁਸੀਂ ਫੇਰ ਅੱਖ ਬਚਾ ਕੇ ਮੁੜਾ ਜਾਣਾ ਜਾਂ ਕੁਝ ਸਿਪਾਹੀ ਆਪਣੇ ਵਿੱਚੋਂ ਖਿਸਕਾ ਦੇਣੇ ਤੇ ਸਿੱਖਾਂ ਨੂੰ ਮਾਰੀ ਜਾਣਾ ਗੱਲ ਕਿ ਇਸ ਧੋਖੇ ਵਿੱਚ ਲਿਆ ਕੇ ਲਖੂ ਸੈਨਾ ਸਮੇਤ ਦੀਵਾਨ ਕੌੜਾ ਮਲ ਤੇ ਸੂਰਤ ਸਿੰਘ ਦੇ ਨਾਲ ਚਲਾ ਗਿਆ ਜਦ ਡੇਰੇ ਪਹੁੰਚ ਗਏ ਅਰ ਦੋਵੇਂ ਦੀਵਾਨ ਤਸੱਲੀ ਕਰਕੇ ਆਪਣੇ ਡੇਰੇ ਨੂੰ ਤੁਰ ਗਏ ਤਦ ਲੱਖੂ ਦੇ 50 ਅਸਵਾਰ ਘੋੜੇ ਸੁੱਟ ਕੇ ਹਰਮੰਦਰ ਪਹੁੰਚੇ ਹਰਮੰਦਰ ਵਿੱਚ ਅੱਗੇ ਭੋਗ ਪੈ ਚੁੱਕਾ ਸੀ ਸੰਗਤ ਕਰੋ ਕਰੀ ਜਾ ਰਹੀ ਸੀ ਕਈ ਤਾਂ ਨਿਕਲ ਵੀ ਗਏ ਸਨ ਪਰ ਕਈ ਅਜੇ ਤੁਰੇ ਜਾਂਦੇ ਸਨ ਜੋ ਲੱਖੂ ਦੇ ਸਿਪਾਹੀਆ ਨੇ ਫੜ ਲਿੱਤੇ ਅਰਤੀਵੀਆਂ ਤੇ ਬਾਲਾਂ ਸਣੇ ਗਾਜਰਾਵਾਂ ਵਾਂਗ ਕੱਟ ਕੇ ਰੱਖ ਦਿੱਤੇ ਦੁਪਹਿਰ ਕਵੇਲੇ ਇਹ ਖਬਰ ਸੂਰਤ ਸਿੰਘ ਜੀ ਨੂੰ ਲੱਗੀ ਕੌੜਾ ਮਲ ਨਾਲ ਚੱਲ ਕੇ ਉੱਥੇ ਆਏ ਅਰ ਲੋਥਾਂ ਵੇਖ ਕੇ ਫੁੱਟ ਫੁੱਟ ਕੇ ਰੋਏ। ਛੇਕੜ ਲਕਣਾ ਪਵਾ ਕੇ ਉਹਨਾਂ ਦਾ ਸੰਸਕਾਰ ਉੱਥੇ ਹੀ ਕਰਵਾ ਦਿੱਤਾ ਅਤੇ ਉਸੇ ਦਿਨ ਸਿੱਖ ਜਥੇਦਾਰਾਂ ਵੱਲ ਜਸੂਸ ਤੋਰ ਦਿੱਤੇ ਕਿ ਪੰਥ ਨੂੰ ਸੰਭਾਲੋ। ਅਰ ਕਈ ਥਾਈਂ ਸਿੱਖਾਂ ਨੂੰ ਖਰਚ ਵਾਸਤੇ ਦਮੜੇ ਵਿਖਲ ਦਿੱਤੇ ਕਿ ਆਪਣਾ ਆਪਣਾ ਬਚਾ ਕਰ ਲਓ ਲੱਖੂ ਆ ਰਿਹਾ ਹੈ। ਜਦ ਬਿਜਲਾ ਸਿੰਘ ਹੁਰੀ ਇਹੋ ਜਿਹੇ ਕਈ ਦੁੱਖਾਂ ਦੇ ਸਮਾਚਾਰ ਕਹਿ ਹਟੇ ਤਾਂ ਉਸ ਵੇਲੇ ਰਾਤ ਪੈ ਰਹੀ ਸੀ ਖਾਲਸਾ ਭੋਜਨ ਚੱਕ ਛਕ ਚੁੱਕਾ ਸੀ ਬਲਵੰਤ ਸਿੰਘ ਉੱਠ ਕੇ ਲੰਗਰ ਵੱਲ ਗਿਆ ਪਰ ਭੈਣ ਅਜੇ ਵੀ ਨਾ ਆਈ ਸੀ ਹੁਣ ਤਾਂ ਖਾਨੇ ਆਉ ਗਈ ਕਿ ਜ਼ਰੂਰ ਕੁਝ ਵਿਗਨ ਹੋਇਆ ਹੈ ਉਸੇ ਵੇਲੇ ਧਰਮਕੌਰ ਨੂੰ ਨਾਲ ਲਿੱਤਾ ਅਤੇ 20 ਕੁ ਸਵਾਰਾਂ ਨੂੰ ਸ਼ਸਤਰਧਾਰੀ ਕਰਵਾ ਕੇ ਪਿੰਡ ਦਾ ਰਸਤਾ ਫੜਿਆ ਰਾਤ ਦਾ ਵੇਲਾ ਚੜਾਈ ਲਹਾਈ ਦਾ ਅਵੇੜਾ ਰਸਤਾ ਵੱਡੇ ਔਖ ਨਾਲ ਸਿੱਖ ਉਸ ਢਿੱਲੇ ਉੱਤੇ ਚੜੇ ਪਗ ਡੰਡੀ ਉੱਪਰ ਇੱਕ ਪਠਾਨ ਦੀ ਲੋਥ ਡਿੱਠੀ ਜਾਂ ਚੰਗੀ ਤਰ੍ਹਾਂ ਭਾਲ ਕੀਤੀ ਤਾਂ ਇੱਕ ਕਟਾਰ ਲੱਭੀ ਜੋ ਬਲਵੰਤ ਸਿੰਘ ਨੇ ਪਛਾਣੀ ਕਿ ਭੈਣ ਦੀ ਹੈ ਹੁਣ ਤਾਂ ਪੱਕਾ ਨਿਸ਼ਚਾ ਹੋ ਗਿਆ ਕਿ ਭੈਣ ਕਿਸੇ ਬਲਾ ਵਿੱਚ ਫੇਰ ਫਸ ਗਈ ਹੈ ਫੁਰਤੀ ਕਰਕੇ ਪਿੰਡ ਵਿੱਚ ਗਏ ਬਾਜ਼ਾਰ ਦੇ ਲੋਕ ਇਕੱਠੇ ਕਰਕੇ ਪੁੱਛਿਆ ਤਾਂ ਇਹਨਾਂ ਪਤਾ ਲੱਗਾ ਕਿ ਲੋਡੇ ਵੇਲੇ ਇੱਕ ਡੋਲਾ ਪੰਜਾ ਸੱਤਾ ਤੁਰਕਾਂ ਦੇ ਪਹਿਰੇ ਵਿੱਚ ਇੱਥੋਂ ਲੰਘਿਆ ਹੈ ਇਹ ਸੁਣ ਕੇ ਬਲਵੰਤ ਸਿੰਘ ਨੇ 2-4 ਕੋਹ ਤੱਕ ਪਿੱਛਾ ਵੀ ਕੀਤਾ ਪਰ ਹੋਰ ਥੋ ਨਾ ਲੱਗਾ ਛੇਕੜ ਮੁੜ ਆਏ ਅਰ ਸਾਰੇ ਮੁਖੀ ਪੁਰਖ ਇਕੱਠੇ ਹੋ ਕੇ ਸਲਾਹਾਂ ਕਰਨ ਲੱਗੇ ਕਿ ਹੁਣ ਕੀ ਕੀਤਾ ਜਾਏ ਸਵੇਰੇ ਕੁਝ ਵੀ ਜ਼ਰੂਰੀ ਕਰਨੀ ਹੈ